ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਦਾਸ ਦੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦਾਸ ਇਸ ਸਮੇਂ ਗੁਰਦੁਆਰਾ ਗੁਰੂ ਡੌਂਗਮਾਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮੌਜੂਦ ਹੈ। ਇਹ ਧਰਤੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਪਵਿੱਤਰ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤਿੱਬਤ ਦੀ ਉਦਾਸੀ ਸਮੇਂ ਆਏ ਸਨ। ਇਹ ਤਕਰੀਬਨ 17,000 ਫੁੱਟ ਦੀ ਹਾਈਟ ਦੇ ਉੱਤੇ ਮੌਜੂਦ ਹੈ। ਆ ਝੀਲ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਮੌਜੂਦ ਹੈ। ਇੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਅੱਗੇ ਬੇਨਤੀ ਕੀਤੀ ਕਿ ਮਹਾਰਾਜ, ਸਰਦੀਆਂ ਦੇ ਸਮੇਂ 'ਤੇ ਇਹ ਝੀਲ ਜੰਮ ਜਾਂਦੀ ਹੈ ਔਰ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਹੋ ਜਾਂਦੀ ਹੈ। ਇੱਥੇ ਨੋਰਮਲੀ ਸਿੱਕਿਮ ਦੇ ਰਹਿਣ ਵਾਲੇ ਆਦਿਵਾਸੀ ਔਰ ਚਰਵਾਹੇ ਨੇ ਜਿਹੜੇ ਯਾਕ ਵਗੈਰਾ ਪਾਲਦੇ ਨੇ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਕਿਹਾ ਕਿ ਠੀਕ ਹੈ, ਆਪਾਂ ਇਸ ਦਾ ਵੀ ਹੱਲ ਕੱਢਦੇ ਹਾਂ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਜਿਹੜੀ ਡਾਂਗ ਫੜੀ ਸੀ, ਉਸ ਡਾਂਗ ਨੂੰ ਮਾਰਿਆ ਔਰ ਝੀਲ ਦੇ ਵਿੱਚ ਇੱਕ ਜਗ੍ਹਾ 'ਤੇ ਬਰਫ਼ ਪਿਘਲ ਗਈ। ਉਸ ਜਗ੍ਹਾ ਦੀ ਬਰਫ਼ ਅੱਜ ਤੱਕ ਸਰਦੀਆਂ ਨੂੰ ਕਦੀ ਨਹੀਂ ਜੰਮਦੀ ਔਰ ਇੱਥੋਂ ਦੇ ਲੋਕ ਉੱਥੋਂ ਦਾ ਪਾਣੀ ਲੈ ਕੇ ਇਸਤੇਮਾਲ ਕਰਦੇ ਨੇ। ਪੂਰੀ ਝੀਲ ਜੰਮ ਜਾਂਦੀ ਹੈ, ਪਰੰਤੂ ਜਿਸ ਜਗ੍ਹਾ 'ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਡਾਂਗ ਮਾਰੀ ਸੀ, ਇਹ ਝੀਲ ਉੱਥੇ ਨਹੀਂ ਜੰਮਦੀ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਯਾਦ ਦੇ ਵਿੱਚ ਇੱਥੇ ਇੱਥੋਂ ਦੇ ਲੋਕ ਉਹਨਾਂ ਨੂੰ ਗੁਰੂ ਨਾਨਕ ਲਾਮਾ ਕਹਿੰਦੇ ਨੇ। ਆਹ ਜਿਹੜਾ ਇਸ ਝੀਲ ਦੇ ਲਾਗੇ ਗੁਰਦੁਆਰਾ ਸਾਹਿਬ ਮੌਜੂਦ ਹੈ, ਇਹਦੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾ ਰਹੀ ਹੈ। ਇਹ ਜਗ੍ਹਾ ਗੈਂਗਟੋਕ ਤੋਂ ਕਰੀਬ 8 ਘੰਟੇ ਦਾ ਰਸਤਾ ਹੈ। ਸਿਲੀਗੁੜੀ ਬਾਗਡੋਗਰਾ ਹਵਾਈ ਅੱਡੇ ਤੋਂ ਉੱਤਰ ਕੇ ਗੈਂਗਟੋਕ ਹੁੰਦੇ ਹੋਏ ਇਸ ਜਗ੍ਹਾ 'ਤੇ ਪਹੁੰਚਿਆ ਜਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ।